देश को बर्बाद किया आरक्षण ने, आरक्षण ने क्या किया देश को बर्बाद किया, नारा लाउंदे ने गे। ओ मैं कहना उन्हां दे विच आरक्षण वाला ते एक भी सबूत करा दिओ, इस देश दी धन संपत्ति नूं लुट के ले जाण वाला एक भी सबूत करा दिओ, एक भी है नहीं उन्हां चों। इह लुटदे भी है ते सानू कुटदे भी है, इह हाल है इस देश दा। जी जी, ओह सारा कुछ लुट के लै गए, अज भी इह लुटी जांदे आ। ਤੇ ਅਸੀਂ ਅੱਜ ਸਾਨੂੰ ਕੀ ਕਹਿੰਦੇ ਆ ਵੀ 400 ਰੁਪਇਆ ਦਿਹਾੜੀ ਆ, ਤੇ ਇਹ 400 ਰੁਪਏ ਦਾ ਕੱਪ ਚਾਹ ਦਾ ਪੀ ਜਾਂਦੇ। ਜੀ ਬਿਲਕੁਲ, ਅਸੀਂ ਸਾਰਾ ਜੇ ਸਾਰਾ ਦਿਨ ਜਿਹੜਾ ਕਮਾਈ ਕਰਨ ਤੋਂ ਬਾਅਦ ਸਾਨੂੰ 400 ਰੁਪਇਆ ਮਿਲਦਾ, ਤੇ ਇਹ 400 ਰੁਪਏ ਦਾ ਕੱਪ ਚਾਹ ਦਾ ਪੀ ਜਾਂਦੇ ਆ, ਤੇ ਸਾਨੂੰ ਹੀ ਕਹਿੰਦੇ ਕਿ ਸਾਰਾ ਕੁਛ ਇਹ ਲੈ ਗਏ ਹੈਗੇ। ਜੀ ਬਿਲਕੁਲ, ਸਾਡੇ ਤੇ ਸਰੋਪਦੇ ਆ ਕਿ ਇਹ ਸਾਰਾ ਕੁਛ ਲੈ ਗਏ ਆਰਕਸ਼ਨ ਵਾਲੇ, ਇਹ ਲੈ ਗਏ ਹੈਗੇ ਆਰਕਸ਼ਨ ਦਾ। ਰੋਜ਼ ਇਹ ਕਹਿੰਦੇ ਆ ਵੀ ਆਰਕਸ਼ਨ ਨੂੰ ਜਿਹੜਾ ਹੈਗਾ ਖਤਮ ਹੋਣੀ ਚਾਹੀਦੀ ਹੈ। ਅਸੀਂ ਕਹਿੰਦੇ ਯਾਰ ਤੁਸੀਂ ਜਾਤ ਹੀ ਖਤਮ ਕਰਦੇ ਹੋ, ਆਰਕਸ਼ਨ ਤਾਂ ਆਪਣੇ ਆਪ ਹੀ ਖਤਮ ਹੋ ਜੂਗੀ। ਜਦੋਂ ਜਾਤ ਖਤਮ ਹੀ ਹੋ ਗਈ, ਆਰਕਸ਼ਨ ਖਤਮ ਹੋ ਗਿਆ ਹੈਗਾ। ਇਹ ਲੋਕ ਬਾਹਰੋਂ ਆਏ ਵੇ ਲਟੇਰੇ ਆ, ਤੇ ਕਾਮਿਆਂ ਦਾ ਖੂਨ ਪੀਣ ਵਾਲੇ ਲੋਕ ਹਨਗੇ, ਉਹਨਾਂ ਦੇ ਹੱਥ 'ਚ ਇਸ ਦੇਸ਼ ਦੀ ਪਾਵਰ ਹੈਗੀ। ਇਸ ਕਰਕੇ ਇਸ ਦੇਸ਼ ਦਾ ਕੁਛ ਵੀ ਬਣਨ ਵਾਲਾ ਨਹੀਂ ਹੈ ਜਿੰਨਾ ਚਿਰ ਇਸ ਦੇਸ਼ ਦੇ ਭਾਰਤੀ ਮੂਲ ਨਿਵਾਸੀ ਗਿੱਦੜ ਕੁੱਟ ਤੋਂ ਲੈ ਕੇ ਜੱਟ ਜਾਟ ਜਿਹੜਾ ਘੁਮਿਆਰ ਸੁਨਿਆਰ ਲੁਹਾਰ ਤਖਾਣ ਮਜ਼੍ਹਬੀ ਚਮਾਰ ਧਾਨਕਾ ਸੈਂਸੀ ਬੋਰੀਆ ਬਾਜੀਗਰ ਜੱਟ ਜਾਟ, ਇਹ ਲੋਕ ਜਿਹੜੇ ਹੈ ਜਿੰਨਾ ਚਿਰ ਇਹਨਾਂ ਦੇ ਹੱਥ 'ਚ ਇਸ ਦੇਸ਼ ਦੀ ਪਾਵਰ ਨਹੀਂ ਨਾ ਆਉਂਦੀ, ਉਹਨਾਂ ਚਿਰ ਇਸੇ ਤਰ੍ਹਾਂ ਹੀ ਲੁੱਟਣਗੇ। ਇਹ ਲੁੱਟੂ ਲੋਕ ਹੈ। ਜੀ ਜੀ, ਇਸ ਕਰਕੇ ਜਿਹੜਾ 1.25 ਲੱਖ ਰੁਪਇਆ ਲੈਂਦਾ ਉਹ ਵੀ ਸਾਨੂੰ ਲੁੱਟੀ ਜਾਂਦਾ ਹੈਗਾ। ਹੁਣ ਕਹਿਣਗੇ ਜੀ ਗਰੀਬਾਂ ਨੂੰ ਅਸੀਂ ਜੀ ਤਿੰਨ ਤਿੰਨ ਮਰਲਿਆਂ ਦੇ ਪਲਾਟ ਦੇਵਾਂਗੇ, ਜੀ 100-100 ਗਜ ਦਾ ਪਲਾਟ ਦੇਵਾਂਗੇ। ਉਹ ਤੁਹਾਡੇ ਤਾਂ 100-100 ਗਜ ਦੇ ਵਿੱਚ ਨਹਾਉਣ ਵਾਲੇ ਆ, ਤੁਹਾਡੇ 100-100 ਗਜ ਦੇ ਵਿੱਚ ਨਹਾਉਣ ਵਾਲੇ ਬਣੇ ਹੋਏ ਆ, ਤੇ ਸਾਨੂੰ ਕਹਿੰਦੇ ਆ ਸਾਡੀਆਂ ਵੋਟਾਂ ਹੈਗੀਆਂ, ਸਾਨੂੰ ਕਹਿੰਦੇ ਕਿ ਤੁਹਾਡਾ ਕਿ ਇਹ 100-100 ਗਜ ਦਾ ਅਸੀਂ ਤੁਹਾਨੂੰ ਪਲਾਟ ਦੇਵਾਂਗੇ, ਅਸੀਂ ਤੁਹਾਡੇ ਤੇ ਆਸਾਨ ਕਰਦੇ ਹਾਂ। ਕਾਹਦਾ ਆਸਾਨ ਕਰਦੇ ਆ ਵੀ ਸਾਡੇ ਤੇ ਸਾਡੇ ਵੋਟ ਲਿਜਾਂਦੇ ਆ, ਸਾਡੀ ਸਪੋਰਟ ਲੈਂਦੇ ਆ, ਸਾਡੇ ਵੋਟਾਂ ਤੇ ਤੁਸੀਂ ਰਾਜ ਕਰਦੇ ਆ, ਤੇ ਸਾਨੂੰ ਕਹਿੰਦੇ ਕਿ 100-100 ਗਜ ਦਾ ਪਲਾਟ ਦਿੰਦੇ ਹੈਗੇ। ਕਾਹਦਾ 100 ਗਜ ਦਾ ਪਲਾਟ ਹੈਗਾ ਬਈ, ਇਹ ਅੱਛਾ ਇਹ ਇਸ ਦੇਸ਼ ਦੇ ਮਾਲਕ ਹੈਗੇ। ਲੇਕਿਨ ਇਹ ਹੈਗਾ ਕਿ ਸਾਡੇ ਲੋਕਾਂ 'ਚ ਜਾਗਰਤਾ ਦੀ ਕਮੀ ਹੈ, ਜਿੰਨਾ ਚਿਰ ਜਾਗਰਤਾ ਨਹੀਂ ਆਉਂਦੀ ਗੀ ਉਹਨਾਂ ਚਿਰ ਸਾਡੇ ਨਾਲ ਇਹ ਕੁਛ ਵਾਪਰੇਗਾ। ਜੀ ਜੀ,